ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਅਗੇਨ ਔਨ ਬਾਸੀ ਵਲੌਗਸ। ਪ੍ਰਨੀਤ ਮੇਰੇ ਵਿੱਚ ਵੱਜ ਗਏ ਅਤੇ ਸਭ ਤੋਂ ਪਹਿਲਾਂ ਜਿਹੜੇ ਚੈਨਲ 'ਤੇ ਨਵੇਂ ਨੇ ਜੀ, ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਨੋਟੀਫਿਕੇਸ਼ਨ ਬਟਨ ਜ਼ਰੂਰ ਨਾਲ ਪ੍ਰੈਸ ਕਰਿਆ ਕਰੋ ਤਾਂ ਕਿ ਤੁਹਾਨੂੰ ਜਿਹੜਾ ਵੀਡੀਓ ਦਾ ਨੋਟੀਫਿਕੇਸ਼ਨ ਆ ਛੇਤੀ ਛੇਤੀ ਮਿਲ ਜੇ। ਆ ਦੇਖੋ ਮੇਰੇ ਪੁੱਤ ਨੇ ਇਹ ਟੀ-ਸ਼ਰਟ, ਦੇਖੋ ਭਾਈ ਪੰਜਾਬ ਮਦਰਲੈਂਡ। ਬੋਲੋ, ਸਤਿ ਸ਼੍ਰੀ ਅਕਾਲ ਬੋਲਦੇ ਸਾਰਿਆਂ ਨੂੰ, ਫਤਿਹ, ਸਤਿ ਸ਼੍ਰੀ ਅਕਾਲ ਬੋਲੋ, ਇੱਕ ਤਾਂ ਵਿੰਡੋ ਦਾ ਬਹੁਤ ਰੌਲਾ ਹੈ, ਜਿੱਧਰੋਂ ਜਿੱਧਰੋਂ ਕਹਿੰਦੇ ਬਹਿਣਾ ਉਧਰੋਂ ਬਹਿ ਜਾਓ, ਮੈਂ ਤਾਂ ਵਿੰਡੋ ਵਾਲੀ ਸਾਈਡ ਬੈਠੂੰਗੀ। ਉਧਰ ਤਾਂ ਮੂੰਹ ਆ ਰਹੀ ਹੈ, ਉਧਰ ਹੁਣ ਤੁਹਾਡੇ ਨਾਲ ਜਾਣਾ ਹੈ। ਹੈਂ, ਕਿਸੇ ਦਿਨ ਜਿੱਦਾਂ ਫਤਿਹ ਕਾਪੀ ਰਾਈਟ ਲੈਂਦਾ, ਇੱਦਾਂ ਕਿਸੇ ਦਿਨ ਭਾਜੀ ਨੇ ਵੀ ਲਿਆ ਦੇਣਾ ਮਿਲਣਾ ਤਾਂ ਕਾਪੀ ਰਾਈਟ। ਹੋਰ ਰਾਤੀ ਆ ਗਿਆ ਦੀਦੀ, ਫਿਰ ਫਤਿਹ ਆ ਗਿਆ ਸੀ ਵਿੱਚ, ਫਤਿਹ ਨੇ ਰਾਤੀ ਨਿੱਕਰ ਪਾਈ, ਉਹਨਾਂ ਨੇ ਸਾਨੂੰ ਵੀਡੀਓ ਡਿਲੀਟ ਕਰਤੀ। ਅੱਛਾ ਜੀ, ਹੋਰ ਕਹਿੰਦੇ ਚਾਈਲਡ ਸੇਫਟੀ ਵਾਸਤੇ ਸਹੀ ਨਹੀਂ ਹੈਗੀ ਵੀਡੀਓ, ਅਗਰ ਤੁਹਾਨੂੰ ਲੱਗਦਾ ਕਹਿੰਦੇ ਕਿ ਵੀਡੀਓ ਸਹੀ ਹੈ ਤੇ ਐਕਸ਼ਨ ਲੈ ਲਓ। ਮੇਰਾ ਪਰਸ ਫੜ ਲੈ। ਹਾਂਜੀ, ਐਕਸ਼ਨ ਕਿਹੜਾ ਲਵਾਂ? ਪਰਸ ਮੇਰਾ ਆ ਕਿਹੜਾ ਪੰਗੇ ਲਵੇ, ਬਾਰ ਬਾਰ ਪਿੱਛੇ ਨਾ ਹੋਰ ਕਰਿਓ, ਕੀ ਪਿੱਛੇ ਰੱਖ ਲਿਆਏ ਹੋ ਲਫਾਫੇ। ਸਹੀ ਗੱਲ ਹੈ, ਤੁਰਿਆ ਨਹੀਂ ਜਾ ਰਿਹਾ। ਕਿਹੜਾ ਘਰ ਹੈ ਮਾਸੀ? ਮੇਰੀ ਅੱਖਾਂ 'ਚ ਕਾਲਾ ਕਾਲਾ ਤਾਂ ਨਹੀਂ ਹੋ ਗਿਆ? ਨਹੀਂ ਨਹੀਂ, ਕੁਛ ਨਹੀਂ ਹੋਇਆ। ਗੱਲਾਂ ਦੇਖ ਕੇ ਕਿੱਡੀ ਲਾਲ ਹੋ ਰੱਖੀ। ਫਤਿਹ ਅੱਜ ਗੱਡੀ ਚ ਬੋਲਿਆ ਨੀ ਹੈਗਾ, ਪਤਾ ਨੀ ਕਾਹਤੋਂ ਹਾਂਜੀ
ਫਤਿਹ ਦੀ ਸਾਰਾ ਦਿਨ ਟੋਕਾ ਟਾਕੀ ਬਹੁਤ ਹੁੰਦੀ ਆ ਚੋਰੀ। ਉਹ ਟਿੱਡੂ ਜਿਹੇ ਉੱਡਨੇ ਹਨਾ। ਅਜੇ ਤਾਂ ਮੈਂ ਬਹੁਤ ਗਰਮੀ ਲੱਗ ਰਹੀ ਹੈ ਨਾ, ਲਾਈਟ ਬੰਦ ਹੋ ਗਈ ਸੀ ਅਜੇ ਤਾਂ। ਹਾਂਜੀ ਹਾਂਜੀ ਸੁਸਤੀ ਕਾਹਤੋਂ ਚੜ ਗਈ ਨਾ ਹੀ ਲਵੀ ਨੂੰ ਤੇ ਮੈਸੇਜ ਕਰਤਾ ਸੀ ਕਿ ਆਉਣਾ, ਮੈਂ ਉਹਨੂੰ ਕਹਿਤਾ ਸੀ ਦੱਸੀ ਨਾ ਵਟਸਐਪ ਤੇ ਕਰ। ਆਹੋ ਤੇ ਮੈਂ ਉਹਨੂੰ ਕਹਿ ਮੈਂ ਲਵੀ ਅਸੀਂ ਆਵਾਂਗੇ ਮੰਮੀ ਨੂੰ ਅਸੀਂ ਚਿਕਨ ਦੀ ਸਲਵਾਰ ਦੇ ਦੁਪੱਟੇ ਨਾਲ ਏਦਾਂ ਦੀ ਅੱਜ ਕੱਲ ਕੋਟਨ ਦੇ ਨਾ ਡਿਜ਼ਾਈਨ ਵੀ ਉਹੀ ਵਧੀਆ ਲੱਗਦੇ ਨੇ। ਮੈਂ ਚੱਕ ਕੇ ਲਿਆਈ ਸੀ ਫਾਫਾ ਬਹਿ ਕੇ ਸਾਰੇ ਗੱਡੀ ਚ, ਇਹਨੂੰ ਕੁਛ ਨੀ ਯਾਦ। ਰਾਤੀ 12 ਵਜੇ ਪੁਆ ਕੇ ਨਾ ਤੁਹਾਡਾ
ਕਿੰਨੇ ਜਾਣਾ ਮੈਕੜੀ? ਆਹ ਤੁਹਾਡਾ ਤਾਰ ਪਾਪਾ ਲੈ ਕੇ ਜਾਊ ਤੁਹਾਨੂੰ ਮੈਕੜੀ, ਹੈਂ? ਰਸਤੇ ਚ ਸਾਹ ਚੜਾ ਲੈਣਾ, ਚਲੋ ਘਰੇ ਚਲੋ ਘਰੇ, ਲੇਟ ਹੋ ਗਏ। ਆ ਇੱਧਰ ਆ ਸਮਾਨ ਮੈਕੜੀ ਤੋਂ ਘੱਟ ਆ, ਦੇਖੋ ਇੱਧਰ ਨਾ ਮਿਸਤਰੀ ਲੱਗੇ ਹੋਏ ਨੇ, ਪਰ ਹੁਣ ਸਾਨੂੰ ਸ਼ਰਮ ਆ ਰਹੀ ਵੀ ਖੇਚਲ ਪਾ ਤੀ ਅਸੀਂ ਆ ਕੇ ਤੇ ਤੜਕੇ ਬਣਾਇਆ ਕਿ ਉਹ ਬਿਸਕੁਟ ਨਮਕੀਨ ਵੀ ਖਾ ਹੀ ਲੈਣੇ ਸੀ ਚਾਹ ਨਾਲ। ਦੱਸ ਨਾ ਫਿਰ ਕੀ ਹੋ ਗਿਆ, ਗ੍ਰੀਨ ਸੌਸ ਪਾਦਾ ਉੱਤੇ? ਨਹੀਂ ਨਹੀਂ, ਹੈਂ ਸੇਪਾ ਨਾ ਦੁਆ, ਦੋਨੇ ਬੰਦੇ ਆਰਾਮ ਨਾਲ ਬਹਿ ਕੇ ਗਾਰਨਿਸ਼ ਕਰਾ ਲੈਣੇ ਆ ਪਾ ਦੋ। ਗੁਸ਼ਾਨ ਆ ਜਾ, ਗੁਸ਼ਾਨ ਆ ਜਾ। ਕਿੰਨਾ ਸਿਆਣਾ ਮੇਰਾ ਪੁੱਤ, ਦਿਓ ਮੈਨੂੰ ਚੁੰਨੀ ਦੇ ਦਿਓ ਗੁਰਸ਼ਾਨ, ਚੁੰਨੀ ਦੇ ਦਿਓ ਮੈਨੂੰ, ਕੈਮਰਾ ਦੇਖ ਕੇ ਤੁਸੀਂ ਭੱਜ ਲੇ, ਆ ਜਾਓ ਆ ਚੁੰਨੀ ਦਿਓ ਮੈਨੂੰ, ਫੜਾਇਓ ਫੜਾਇਓ ਮੇਰਾ ਬੱਚਾ ਪਿਆਰਾ ਪੁੱਤ ਹੈ ਮੇਰਾ, ਚਲ ਆ ਜਾ, ਵੀਡੀਓ ਨਹੀਂ ਬਣਾਉਂਦੀ। ਸਾਰੇ ਬੰਦੇ ਇੱਕ ਪਿੱਦੀ ਜਿਹੀ ਚੀਜ਼ ਕਰਕੇ ਚੁੱਪ ਕਰਕੇ ਬੈਠੇ ਨੇ ਵੀ ਜੇ ਇਹ ਉੱਠ ਗਿਆ ਤੇ ਇਹਨੇ ਸਾਰਿਆਂ ਨੂੰ ਭਾਜੜਾ ਪਾ ਦੇਣੀ ਹਨਾ। ਮਸਾਂ ਇਹ ਬੰਦਾ ਸਵਾਇਆ ਹੈ, ਆਹ ਬੰਦਾ ਵੀ ਡਰ ਕੇ ਬੈਠਾ ਹੋਇਆ ਇੱਧਰ ਵੀ ਜੇ ਉੱਠ ਗਿਆ ਨਾ ਹਨੇਰੀ ਆ ਜਾਣੀ ਹੈ ਕਿਤੇ ਹਨਾ, ਇਹਨੇ ਗਾਹ ਪਾ ਦੇਣਾ ਉੱਠ ਕੇ, ਨਾ ਇਹ ਕਿਸੇ ਨੂੰ ਪਿੱਸੀ ਦੇਵੇ ਦਬਕੇ ਮਾਰਦਾ ਬਸ। ਪਿਆ ਤਾਂ ਕਿਵੇਂ ਸਿੱਧੇ ਸਾਰੇ ਅੱਛਾ, ਦੋ ਸਾਲ ਦਾ ਢਿੱਡੂ ਜਿਹਾ ਲੱਗਦਾ ਹੈ। ਤੂੰ ਵੀ ਦੇਖ ਕੇ ਆਇਆ ਖੇਤ, ਬੁਲਟ ਚਲਾਇਆ ਸੀ ਹੈਂ, ਮਜ਼ਾ ਆਇਆ ਲੈਣਾ? ਇਹ ਕਹਿੰਦਾ ਮੈਂ ਵੀ ਚਲਾਇਆ ਸੀ, ਬੁਲਟ ਚਲਾਇਆ ਸੀ ਚਲਾਇਆ ਨਹੀਂ ਤੂੰ, ਵੀਡੀਓ ਬਣਾਇਆ ਫੋਨ ਲੈ ਜਾਣਾ, ਵੀਡੀਓ ਬਣਾ ਕੇ ਲੈ ਕੇ ਆਉਣੀ ਫਿਰ ਕੀ ਹੋ ਗਿਆ? ਅਸੀਂ ਕਿਹੜਾ ਖਾਂਦੇ ਨਹੀਂ ਹੈਗੇ, ਸਰੀਰ ਨਹੀਂ ਮੋਟਾ ਹੁੰਦਾ, ਕੀ ਕਰ ਸਕਦੇ ਹਾਂ। ਕੀ ਤੁਸੀਂ ਕਮਰੇ ਵਾਂਗੂ ਉਹਨੂੰ ਵੇਖਣ ਲੱਗੇ? ਫਤਿਹ ਪਤਾ ਕੀ ਕਹਿੰਦਾ, ਫਤਿਹ ਪਤਾ ਕੀ ਕਹਿੰਦਾ, ਮੇਰੇ ਸੂਟ ਕਹਿੰਦਾ ਮੇਰੇ ਸੂਟ ਖੁੱਲੇ ਹੋ ਜਾਣੇ ਤੇ ਖੁਲਵਾ ਲਓ, ਖੁੱਲੇ ਹੋਣੇ ਨੇ ਤਿਆਰ ਹੋਣੇ, ਤੁਸੀਂ ਤੇ ਛੇਤੀ ਹੀ ਆ ਗਏ ਹੋ। ਉਹੀ ਬਸ ਹੋਰ, ਮੰਮੀ ਨੂੰ ਮੈਂ ਗੁਲਾਬੀ ਸੂਟ ਪਵਾ ਦਿੱਤਾ ਤੇਰੇ ਆਉਂਦਿਆਂ ਨੂੰ, ਮੰਮੀ ਚੁੰਨੀ ਵੀ ਲੈ ਕੇ ਦਿਖਾਓ ਨਾ, ਹੋਰ ਲਾਈਟ 2 ਘੰਟੇ ਹੋ ਗਏ ਬੰਦ ਹੋ ਗਈ, ਵੇਟ ਤੇ ਆ ਕਰਨ ਆ ਹੀ ਨਹੀਂ ਰਹੀ। ਸਵੇਰੇ ਜੀ ਉੱਠੀ ਕਦੋਂ ਦੀ ਦਈ ਇਹਨੂੰ ਨੀਂਦ ਆਉਣ, ਸ਼ੂਜ ਮਸਾ ਲਾਏ ਨੀ ਮੈਂ, ਹਾਂ ਲਿਆਉਂਦੇ ਲਵੀ ਤੇ ਉੱਧਰ ਤੁਰ ਗਈ ਵੀ ਉੱਧਰ ਹੀ ਕਹਿੰਦੀ ਆ ਜਾਓ, ਉੱਧਰ ਹੀ ਬਿਠਾ ਕੇ ਚਾਹ ਪਿਆ ਦਿੰਦੇ ਆ ਵੀ ਇੱਥੇ ਭੀੜਾ ਹੋ ਗਿਆ, ਹੋਰ ਆ ਜਾਓ ਫਿਰ ਉੱਥੇ ਹੀ ਆ ਜਾਓ ਭਾਬੀ ਨੂੰ ਕਹਿ ਦੇ, ਉੱਧਰ ਹੀ ਆ ਜਾਓ ਉੱਧਰ ਹੀ ਬਹਿ ਜਾਈਏ ਜਾ ਕੇ ਖੁੱਲੇ ਚ, ਕਿਵੇਂ ਕੀ ਭਾਜੀ ਕਿੱਥੇ ਨੇ, ਆ ਜਾਓ ਉੱਥੇ ਆ ਜਾਓ, ਕੁਛ ਗਰਮੀ ਚ ਲੈ ਸਾਡੇ ਲਈ ਪਾ ਲਿਓ ਨੀ ਡੋਲੂ ਚ,
ਆ ਜਾਓ ਭਈ ਸਾਰੇ ਜਣੇ ਉੱਧਰ ਹੀ ਆ ਜਾਓ ਫਿਰ ਚਲੋ ਉਹ ਬੰਦਾ ਪਹਿਲਾਂ ਸਾਡੇ ਨਾਲ ਪਹੁੰਚਿਆ ਹੋਇਆ ਦਮੂ ਨੂੰ ਪਈ ਰਹਿਣ ਦੋ ਫਿਰ ਪਈ ਦਮੂ ਨੂੰ ਸੁੱਤੀ ਰਹਿਣ ਦੋ ਆਪੇ ਆ ਜਾਊਗੀ ਉਹ ਦੀਪ ਤੂੰ ਇਹਦੀ ਅੱਜ ਰੇਂਜ ਰੋਵਰ ਬਣਾਉਣੀ ਬੁਲਟ ਦੀ ਤੂੰ ਜਿਹੜੇ ਹਿਸਾਬ ਨਾਲ ਲੱਗਿਆ ਹੈ ਹੈ ਤੈਨੂੰ ਪਤਾ ਪਤਾ ਕੀ ਕਹਿ ਰਿਹਾ ਅੰਦਰ ਜਾ ਕੇ ਕਹਿੰਦਾ ਉਹ ਬੁਲਟ ਨਾਲ ਪੰਗੇ ਲੈ ਰਿਹਾ ਹੋਰ ਉਹੀ ਬਸ ਉਹ ਹੈਲੋ ਹੈਲੋ ਗੁਰਸ਼ਾਨ ਲਾਈਟ ਤੇ ਆਣੀ ਨਹੀਂ ਅਸੀਂ ਕਰਨਾ ਤੇਰੀ ਵੀਡੀਓ ਬਣਾਈ ਅਸੀਂ ਅਸੀਂ ਹੁਣ ਭਾਜੀ ਦੇ ਤਰਲੇ ਮਾਰਨੇ ਵੀ ਰਾਤ ਰੁਕ ਜਾਓ ਹਾਂ ਦੀਦੀ ਤਾਂ ਆਪੇ ਤੈਨੂੰ ਬੱਚੇ ਕਹਿ ਰਹੇ ਬੱਚਿਆਂ ਦਾ ਜੀ ਲੱਗ ਗਿਆ ਦੀਦੀ ਮੈਂ ਬੱਚਿਆਂ ਦਾ ਜੀ ਲੱਗ ਗਿਆ ਹਾਏ ਨੀ ਮੈਂ ਆ ਸਦ ਕੇ ਭਾਜੀ ਨੂੰ ਵਿਚਾਰੇ ਨੂੰ ਗਰਮੀ ਹੋਏ ਪਏ ਭਾਜੀ ਇੱਧਰ ਹੀ ਆ ਜਾਓ ਚਲੋ ਇੰਨਾ ਸਵੇਰ ਦਾ ਸੂਟਾਂ ਦਾ ਕਮਲ ਪਿਆ ਆ ਬੈਠਾ ਇੱਕ ਬੰਦਾ ਇਹ ਮੰਗਾਏ ਨੇ ਸੂਟ ਮੰਗਾਏ ਅਜੇ ਢਿੱਡੀ ਭਰੀ ਨੀ ਹੈਗੀ ਅਜੇ ਹੋਰ ਸੂਟਾਂ ਵਾਲੇ ਗੱਲਾਂ ਚੱਲ ਉਹ ਬੰਦਾ ਵਿਚਾਰਾ ਉਹਦੇ ਆਪਣੇ ਸੂਟ ਪਾ ਨਹੀਂ ਰਹੇ ਹੋਰ ਇਕੱਠੇ ਹੋਈ ਜਾ ਰਹੇ ਨਹੀਂ ਪਰ ਦੂਜੀ ਡਾਰਕ ਸੀ ਉਹ ਅਸੀਂ ਉਹ ਕਰਦੀ ਮੰਮੀ ਸਾਡੀ ਤਾਂ ਪ੍ਰੀਤੀ ਸਭ ਤੋਂ ਘੱਟ ਹੈ ਆਹੋ ਸੱਚ ਰਾਣੀ ਭਾਬੀ ਸੂਟ ਪਾ ਕੇ ਘੈਂਟ ਦੀ ਰੀਲ ਬਣਾ ਕੇ ਸਭ ਭੇਜੋ ਹਾਂ ਮੈਂ ਕਿਹਾ ਰਾਣੀ ਭਾਬੀ ਨੂੰ ਸੂਟ ਪਾ ਕੇ ਕਾਲਾ ਰੀਲ ਬਣਾ ਕੇ ਘੈਂਟ ਜੀ ਭੇਜਿਓ ਲਵੀ ਕਹਿੰਦੀ ਮੈਂ ਆ ਕੇ ਖਰੀਦਾਂਗੀ ਉੱਥੇ ਬਹਿ ਕੇ ਅਰਮਾਨ ਨਾਲ ਇਹਦੀ ਸਲਵਾਰ ਲਿਆਉਣੀ ਜਦੋਂ ਜਾਵਾਂਗੇ ਆਉਂਦੇ ਹੋਏ ਲਵਾਂਗੇ ਉੱਥੋਂ ਅੱਛਾ ਉਹਨੇ ਜਾਣਾ ਰਾਜਗੀਰ ਉੱਤੇ ਮੈਂ ਆਉਂਦੀ ਹਾਂ ਲੈ ਕੇ ਤੁਸੀਂ ਰੇਨੂੰ ਰੋਟੀ ਲਾ ਕੇ ਦਿਓ ਜਾਓ ਹਾਂਜੀ ਥੱਪ ਕਰ ਦਿਓ ਥੱਪ ਕਰ ਦਿਓ ਆ ਦੀਦੀ ਚੁੰਨੀ ਹੈ ਨਾਲ ਤੇ ਵਾਈਟ ਸ਼ਰਟ ਹੀ ਆ ਚੁੰਨੀ ਇੱਕ ਚੁੰਨੀ ਇੱਕ ਸਲਵਾਰ ਮੈਂ ਕਿਹਾ ਇਹਦੇ ਕੱਪੜੇ ਦੀ ਕੱਟ ਕੇ ਪਾਈਪਿੰਗ ਆ ਦਿਓ ਸੋਹਣੀ ਮਿਲ ਗਈ ਨਾਲੇ ਉਹਨਾਂ ਨੇ ਆਉਂਦੇ ਫੋਨ ਕਰਤਾ ਮੈਂ ਕਿਹਾ ਦੀਦੀ ਮੈਂ ਤਾਂ ਕਹਾਂਗੀ ਹੌਲੀ ਹੌਲੀ ਨਾ ਹਾਂ ਉਸ ਤੋਂ ਬਾਅਦ ਘਰ ਦੇ ਸ਼ੁਰੂ ਕਰਦੇ ਸਾਈਨ ਕਰਦੀ ਆ ਸੂਰੀ ਨਾ ਵੀਡੀਓ ਸ਼ੂਟ ਕਰ ਦੇਣੇ ਸਲਵਾਰ ਕਟਿੰਗ ਦਾ ਸੀ ਹਾਂਜੀ ਹਾਂ ਐਵੇਂ ਮੈਂ ਕਰਾਂਗੀ ਹਾਂਜੀ ਦੇ ਹਾਂ ਹੋਰ ਮੈਂ ਤੇ ਉਦਾਂ ਵੀ ਨਾ ਕਲਿੱਪ ਬਣਾਉਂਦੀ ਜਿਨ੍ਹਾਂ ਨੂੰ ਭੇਜਦੀ ਆ ਨਾ ਸ਼ੂਟ ਬਣਾ ਕੇ ਉਹਨਾਂ ਕਹਿੰਦੀਆਂ ਵੀ ਆਪਣਾ ਕਲਿੱਪ ਬਣਾ ਕੇ ਭੇਜ ਦੋ ਵੀ ਕਿਸੇ ਨੂੰ ਡਿਜ਼ਾਈਨ ਕਰ ਦੇਣੇ ਇਹ ਮੇਰਾ ਮੰਮੀ ਆਹ ਵਾਲੀ ਸ਼ਰਟ ਬਾਰ-ਬਾਰ ਖੋਲ ਕੇ ਦੇਖਣੀ ਲੰਬਾਈ ਘੱਟ ਨਹੀਂ ਨਹੀਂ ਮੰਮੀ ਇਹ ਚੌੜੇ ਪਣੇ ਵਾਲਾ ਹੈ ਇਹ ਚੌੜੇ ਪਣੇ ਵਾਲਾ ਹੈ ਇਹ ਪਤਾ ਕੀ ਕਹਿੰਦੇ ਮਨਾਲੋ ਹਾਂ ਤਾਰ ਪਾਪਾ ਨੂੰ ਅੱਜ ਅਸੀਂ ਨਹੀਂ ਜਾਣਾ ਮੈਂ ਕਿਹਾ ਮੈਂ ਨਹੀਂ ਤੁਸੀਂ ਇਹ ਨੀ ਨਾ ਪਤਾ ਕਿ 24-25 ਨੂੰ ਜਾਂ ਤੇ ਆਓ ਫਿਰ ਤੇ ਫਿਰ ਠੀਕ ਹੈ
ਇਧਰ ਮੰਮਾ ਲੱਸੀ ਲੈ ਕੇ ਆਵੀ ਗਏ। ਲੱਸੀ ਆਈ ਜੇ ਮੈਨੂੰ ਕੋਈ ਚੰਦ ਸ਼ਬਦ ਬੋਲੋ ਬਹੁਤ ਕੁਛ ਬੋਲ ਅੰਮਾ ਜੀ ਪਹਿਲਾਂ ਮੈਨੂੰ ਰੈਸਟ ਕਰਾਓ ਇੱਧਰ ਮੰਮਾ ਗੁਰਸ਼ਾਨ ਤੁਸੀਂ ਪੁੱਤ ਹੈਲੋ ਹਾਂਜੀ ਆਏ ਨੀ ਟਿੰਡੀ ਦਿਖਾਵਾ ਹਾਂਜੀ ਟਿੰਡੀ ਇੰਜੋਏ ਕਰ ਰਹੇ ਟਿੰਡੀ ਮਜ਼ਾ ਆ ਰਿਹਾ ਟਿੰਡੀ ਕਮਰਾ ਬੰਦ